ਹਾਂਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ ਅਗਜ਼ਾਮ ਸਟੱਡੀ ਵਿਦ ਜੋਬ ਅਲਰਟ ਤੇ ਤਾਂ ਇਹਦੀ ਅਪਡੇਟ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ 17 ਤੇ 21 April ਨੂੰ ਸਰਕਾਰੀ ਛੁੱਟੀ ਹੈ ਜਿਹੜੀ ਰਹੇਗੀ ਇਸ ਸਬੰਧ ਵਿੱਚ ਜਾਣਕਾਰੀ ਆ ਚੁੱਕੀ ਹੈ ਤਾਂ ਪੂਰੀ ਜਾਣਕਾਰੀ ਵਿਸਤਾਰ ਨਾਲ ਤੁਹਾਡੇ ਨਾਲ ਸ਼ੇਅਰ ਕਰਾਂਗੇ ਤਾਂ ਪੰਜਾਬ ਦੇ ਵਿੱਚ 17 April 2024 ਦਿਨ ਬੁੱਧਵਾਰ ਨੂੰ ਸਰਕਾਰੀ ਛੁੱਟੀ ਹੈ ਜਿਹੜੀ ਰਹੇਗੀ ਇਸ ਦਿਨ ਸੂਬੇ ਭਰ ਦੇ ਸਕੂਲ ਕਾਲਜ ਵਿਦਿਆਕਤ ਜਿਹੜੇ ਹੋਰ ਅਦਾਰੇ ਹੈ ਇਹਨਾਂ ਦੇ ਵਿੱਚ ਵੀ ਛੁੱਟੀ ਜਿਹੜੀ ਹੋਵੇਗੀ 17 April 2024 ਨੂੰ RAM Navami ਹੈ ਇਸ ਦਿਨ ਸਰਕਾਰ ਨੇ ਛੁੱਟੀ ਦਾ ਐਲਾਨ ਜਿਹੜਾ ਕੀਤਾ ਹੋਇਆ ਹੈ ਸਰਕਾਰ ਵੱਲੋਂ ਜਾਰੀ 2024 ਦੇ ਕੈਲੰਡਰ ਦੇ ਅਨੁਸਾਰ ਇਹ ਚ ਦਿਨ ਇਸ ਦਿਨ ਛੁੱਟੀ ਹੈ ਜਿਹੜੀ ਰਹੇਗੀ ਇਸ ਤੋਂ ਇਲਾਵਾ ਸਰਕਾਰੀ ਕੈਲੰਡਰ ਦੇ ਮੁਤਾਬਕ 21 April ਨੂੰ ਮਹਾਵੀਰ ਜਨਮਤੀ ਹੈ ਤਾਂ ਉਸ ਦਿਨ ਵੀ ਛੁੱਟੀ ਜਿਹੜੀ ਰਹੇਗੀ ਪਰ 21 ਤਰੀਕ ਨੂੰ ਜਿਹੜਾ ਦਿਨ ਐਤਵਾਰ ਹੈ ਤਾਂ ਇਹ ਪੰਜਾਬ ਸਰਕਾਰ ਦੇ ਵੱਲੋਂ 2024 ਦੀਆਂ ਛੁੱਟੀਆਂ ਦਾ ਕੈਲੰਡਰ ਜਿਹੜਾ ਜਾਰੀ ਕੀਤਾ ਸੀ ਤਾਂ ਇਹਦੇ ਵਿੱਚ ਆਪਾਂ ਇਹ ਛੁੱਟੀਆਂ ਜਿਹੜੀਆਂ ਦੇਖ ਸਕਦੇ ਹਾਂ ਸੋ ਅੱਗੇ ਕਿਹੜੀਆਂ-ਕਿਹੜੀਆਂ ਹੋਣਗੀਆਂ ਇੱਥੇ ਆਰਾਮ ਨੋਮੀ ਆਪਾਂ ਦੇਖ ਸਕਦੇ ਹਾਂ ਅਤੇ ਮਹਾਵੀਰ ਜਨਮਤੀ 17 ਤੇ 21 April ਦਿਨ ਬੁੱਧਵਾਰ ਅਤੇ ਐਤਵਾਰ ਜਿਹੜਾ ਬੰਦ ਹੈ। ਸੋ ਜਾਣਕਾਰੀ ਨੂੰ ਅੱਗੇ ਸ਼ੇਅਰ ਜ਼ਰੂਰ ਕਰਦੇ ਹੋ ਔਰ ਜਾਨਾ ਤੁਹਾਨੂੰ ਇਸੇ ਤਰ੍ਹਾਂ ਨਵੀਂ-ਨਵੀਂ ਜਾਣਕਾਰੀ ਮਿਲਦੀ ਰਹੇ। ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਜੋ ਘੰਟੀ ਹੈ ਆਲ ਤੇ ਪ੍ਰੈਸ ਜ਼ਰੂਰ ਕਰ ਲਿਓ। ਧੰਨਵਾਦ ਜੀ।